उस डॉक्टर ने साडा काफ़ी भरोसा जिदा उस डॉक्टर ते बन गया। फिर जिदा मेरे फादर साहब का भी ट्रीटमेंट चलता सीगा, फिर साढ़े एक दो प्रॉपर्टी के मसले सीगे फादर साहब के सीगे, उन्होंने सॉल्व करवाए सीगे। नो सर, गायनाकोल नहीं सीगे। फिर वो तुसी उसको ट्रीटमेंट क्यों कराया? सर उन्हें जिदा साडा ट्रीटमेंट चलता सी उन्हें यकीन ही इन्ना दवाता सी कि मैं हर एक बीमारी का इलाज कर सकता। कंप्लेंट पढ़ी है जिहड़ी तुसी लिखी है, जिहड़ी तुसी पुलिस प्रशासन नूं दित्ती है, तुसी उहदे विच लिखिया कि उन्हां दे क्लिनिक च काम करदी सी, उह क्लिनिक च कदों काम करन लगे? उस क्लीनिक से मेरे फादर साहब की रिटायरमेंट सीगी, उहदे रिटायरमेंट ते जिद्दां साडे फैमिली रिलेशन सी साडे उत्ते आए रिटायरमेंट ते, तां डॉक्टर ने कहा कि जिद्दां मैनूं भी क्लीनिक ते काम करन वाली कुड़ी की जरूरत आ, ते मेरे घर दे भी हालात कुछ ठीक नहीं सीगे, वी तुसीं मेरे कोल काम कर लवो। एक दिन भी जिद्दां कोई है नहीं सीगा डॉक्टर दे कैबन दे विच, उन्होंने अंदरों कुंडी लगा के मेरे अश्लील हरकतां शुरू कीतियां। यह 15 दिनां दे बाद च होई आ। सर तुसीं जॉइन कदों कीता? ਤੁਸੀਂ ਕਹਿੰਦੇ ਕਿ ਉਹਨਾਂ ਨੇ ਤੁਹਾਡੇ ਨਾਲ ਰੇਪ ਕੀਤਾ, ਮੈਂ ਤੁਹਾਡੀ ਕੰਪਲੇਂਟ ਪੜ੍ਹੀ ਹੈ, ਪਰ ਜਦੋਂ ਉਹਨਾਂ ਨੇ ਤੁਹਾਡੇ ਨਾਲ ਰੇਪ ਕੀਤਾ ਤੁਸੀਂ ਉਸੇ ਦਿਨ ਵਿਰੋਧ ਨਹੀਂ ਕੀਤਾ, ਆਪਣੇ ਪਰਿਵਾਰ ਨੂੰ ਜਾ ਕੇ ਦੱਸਿਆ ਨਹੀਂ? ਮੈਂ ਹਾਲਾਤ 'ਚ ਨਹੀਂ ਸੀ ਸਰ। ਕਿੰਨੀ ਵਾਰ ਅਸ਼ਲੀਲ ਹਰਕਤ ਕੀਤੀ ਉਹਨੇ ਤੁਹਾਡੇ ਨਾਲ? ਸਰ ਤਕਰੀਬਨ ਇੱਕ ਮੰਥ। ਇੱਕ ਮੰਥ ਪੂਰਾ ਕੀਤਾ? ਹਾਂਜੀ। ਅਤੇ ਫਿਰ ਤੁਸੀਂ ਉਹ ਮਤਲਬ ਇੱਕ ਮੰਥ ਦੱਸਿਆ ਹੀ ਨਹੀਂ ਕਿਸੇ ਨੂੰ? ਨਹੀਂ, ਮੈਂ ਕਿਸੇ ਨੂੰ ਨਹੀਂ ਦੱਸਿਆ, ਡਰ ਨਾ ਤਾਂ ਨਾ ਤਾਂ ਮੈਂ ਸੋਚਣ ਸਮਝਣ ਦੇ ਦੋ ਹਾਲਾਤ 'ਚ ਸੀ, ਅਤੇ ਦੂਜਾ ਮੈਂ ਡਰਦੀ ਝਗੜਨ ਡਰਦੀ ਰਹਿੰਦੀ ਸੀ ਵੀ ਜੇ ਮੈਂ ਘਰ ਦੱਸਦਾ ਵੀ ਮੇਰੇ ਫਾਦਰ ਸਾਹਿਬ ਨੂੰ ਵੀ ਇਹਨੇ ਘਰੋਂ ਕੱਢ ਦੇਣਾ, ਮੇਰੇ ਮੰਮੀ ਡੈਡੀ ਨੂੰ ਵੀ ਮਾਰ ਦੇਣਾ। ਘਰ ਤਾਂ ਤੁਹਾਡਾ ਆਪਣਾ ਨਹੀਂ? ਕਿਉਂਕਿ ਸਰ ਉਹਨੇ ਲਿਖਵਾ ਲਿਆ ਸੀਗਾ, ਮੈਨੂੰ ਕੁਛ ਨਹੀਂ ਪਤਾ ਸੀ ਵੀ ਉਹ ਕੀ ਕਰਵਾਉਂਦਾ ਸੀ। ਇਹੀ ਮੈਨੂੰ ਕਹਿੰਦਾ ਸੀ ਕਿ ਮੈਂ ਤੇਰੇ ਫਾਦਰ ਸਾਹਿਬ ਦਾ ਪੈਨਸ਼ਨ ਦਾ ਕੰਮ ਕਰਵਾਉਂਦਾ, ਪਰ ਜੇ ਤੂੰ ਕਿਸੇ ਨੂੰ ਵੀ ਦੱਸਿਆ ਮੈਂ ਤੇਰੇ ਘਰਦਿਆਂ ਨੂੰ ਜਾਨੋਂ ਮਾਰ ਦੇਣਾ। ਜਾਨੋਂ ਕਿਸ ਚੀਜ਼ ਨਾਲ ਮਾਰ ਦੇਣਾ? ਪਿਸਤੌਲ ਨਾਲ, ਉਹਦੇ ਕੋਲ ਪਿਸਤੌਲ ਹੁੰਦਾ ਸੀਗਾ। ਪਰ ਹੁਣ ਹੁਣ ਫਿਰ ਇਹ ਤਾਕਤ ਕਿੱਥੋਂ ਆਈ? ਹਾਲਾਂਕਿ ਚੰਗੀ ਗੱਲ ਹੈ ਤੁਹਾਡੇ 'ਚ ਤਾਕਤ ਆਈ ਹੈ, ਤੁਹਾਡੇ ਸਟੈਪ ਨਾਲ ਹੋਰ ਲੜਕੀਆਂ ਬਚ ਜਾਣਗੀਆਂ। ਇਹ ਬਹੁਤ ਅਸੀਂ ਗੱਲ ਨੂੰ ਖੁੱਲ੍ਹ ਕੇ ਡਿਸ ਪੰਜਾਬ ਵਿੱਚ ਕੋਈ ਮਾੜਾ ਘਟਨਾਕ੍ਰਮ ਹੋਵੇ ਹੀ ਨਾ, ਪੰਜਾਬ ਵਿੱਚ ਕੋਈ ਦੁਸ਼ਕਰਮ ਹੋਵੇ ਹੀ ਨਾ, ਤੁਹਾਡੇ ਸਾਹਮਣੇ ਮਾੜੀ ਖਬਰ ਲੈ ਕੇ ਆਈਏ ਸਾਡਾ ਵੀ ਜੀ ਨਹੀਂ ਕਰਦਾ, ਪਰ ਕਿਸੇ ਦੀ ਹੱਡ ਬੀਤੀ ਜੇ ਤੁਹਾਡੀ ਕਚਹਿਰੀ 'ਚ ਨਾ ਰੱਖੀਏ, ਖਬਰ ਤੁਹਾਡੇ ਤੱਕ ਪੂਰੀ ਨਾ ਪਹੁੰਚਾਈਏ, ਤਾਂ ਕੀ ਕਰੀਏ? ਸਾਡਾ ਵੀ ਨਹੀਂ ਸਰਦਾ। ਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ, ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਸੂਰੀ। ਦੋਸਤੋ, ਕਾਮ ਅਤੇ ਵਾਸਨਾ ਇਨਸਾਨ ਨੂੰ ਲੋਕਾਂ ਦੀ ਕਚਹਿਰੀ 'ਚ ਖੜ੍ਹਾ ਕਰ ਦਿੰਦੀ ਹੈ। ਇਨਸਾਨ ਜਿਸ ਨੇ ਕਾਮ ਅਤੇ ਵਾਸਨਾ ਵੱਲ ਧਿਆਨ ਦਿੱਤਾ ਹੁੰਦਾ, ਉਹ ਕਟਖੜੇ ਵਿੱਚ ਖੜ੍ਹਾ ਨਜ਼ਰ ਆਉਂਦਾ। ਜਿਹੜੀ ਅੱਜ ਦੀ ਖਬਰ ਆ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਹਾਂ, ਉਸ ਵਿੱਚ ਦੱਸ ਦੇਵਾਂ ਕਿ ਇੱਕ ਲੜਕੀ ਜਿਹੜੀ ਨਵਾਂ ਸ਼ਹਿਰ ਦੇ ਨੇੜਲੇ ਕਿਸੇ ਪਿੰਡ ਵਿੱਚ ਰਹਿੰਦੀ ਹੈ, ਨੌਜਵਾਨ ਲੜਕੀ ਹੈ, ਉਸਦਾ ਆਰੋਪ ਹੈ ਕਿ ਉਸ ਨਾਲ ਤਕਰੀਬਨ 20 ਸਾਲ ਵਡੇਰੀ ਉਮਰ ਦੇ ਡਾਕਟਰ ਨੇ ਉਸ ਨਾਲ ਲਗਾਤਾਰ ਦੁਸ਼ਕਰਮ ਕੀਤਾ। ਉਸ ਨੂੰ ਝਾਂਸੇ ਵਿੱਚ ਰੱਖ ਕੇ, ਵਿਆਹ ਦੇ ਝਾਂਸੇ ਵਿੱਚ ਰੱਖ ਕੇ ਉਸ ਨਾਲ ਦੁਸ਼ਕਰਮ ਕੀਤਾ, ਉਸ ਨੂੰ ਮਾਨਸਿਕ ਪਰੇਸ਼ਾਨ ਕੀਤਾ। ਖਬਰ ਨੂੰ ਹੋਰ ਡਿਟੇਲ ਵਿੱਚ ਦੱਸ ਦੇਵਾਂ ਤਾਂ ਲੜਕੀ ਦਾ ਕਹਿਣਾ ਹੈ ਕਿ ਜਿਸ ਡਾਕਟਰ ਨੇ ਉਸ ਨਾਲ ਦੁਸ਼ਕਰਮ ਕੀਤਾ ਉਹ ਡਾਕਟਰ ਉਹਨਾਂ ਦਾ ਫੈਮਿਲੀ ਡਾਕਟਰ ਸੀ। ਫੈਮਿਲੀ ਡਾਕਟਰ ਇਸ ਕਰਕੇ ਕਿਉਂਕਿ ਉਸ ਦਾ ਟ੍ਰੀਟਮੈਂਟ ਕਰਦਾ ਸੀ, ਉਸਦੀ ਮਾਤਾ ਦਾ ਟ੍ਰੀਟਮੈਂਟ ਕਰਦਾ ਸੀ, ਉਸਦੇ ਪਿਤਾ ਦਾ ਟ੍ਰੀਟਮੈਂਟ ਕਰਦਾ ਸੀ, ਉਸਦਾ ਉਹਨਾਂ ਦੇ ਘਰ ਆਉਣਾ ਜਾਣਾ ਸੀ। ਫਿਰ ਲੜਕੀ ਕਹਿੰਦੀ ਇੱਕ ਦਿਨ ਉਸਦੇ ਪਿਤਾ ਦੀ ਰਿਟਾਇਰਮੈਂਟ ਹੁੰਦੀ ਹੈ ਅਤੇ ਡਾਕਟਰ ਉਸਨੂੰ ਆਖਦਾ ਹੈ ਕਿ ਤੇਰੇ ਘਰ ਵਿੱਚ ਹੁਣ ਕੋਈ ਕਮਾਉਣ ਵਾਲਾ ਨਹੀਂ ਰਿਹਾ, ਤੂੰ ਮੇਰੇ ਆਫਿਸ ਵਿੱਚ ਮੇਰੇ ਕਲੀਨਿਕ ਵਿੱਚ ਮੈਨੂੰ ਜੁਆਇਨ ਕਰ ਲੈ। ਲੜਕੀ ਆਖਦੀ ਹੈ ਕਿ ਡਾਕਟਰ ਦੇ ਸੱਟ 'ਤੇ ਅਹਿਸਾਨ ਹੁੰਦੇ ਆ ਅਤੇ ਮੈਂ ਜਿਹੜਾ ਉਹਦੇ ਕਲੀਨਿਕ ਵਿੱਚ ਜੁਆਇਨ ਕਰ ਜਾਂਦੀ ਹਾਂ। ਅਤੇ ਤਕਰੀਬਨ 15 ਦਿਨਾਂ ਬਾਅਦ ਡਾਕਟਰ ਮੈਨੂੰ ਵਿਆਹ ਲਈ ਪ੍ਰਪੋਜ਼ ਕਰਦਾ ਅਤੇ ਮੇਰੇ ਨਾਲ ਸੈਕਸ਼ੂਅਲ ਰਿਲੇਸ਼ਨ ਬਣਾਉਂਦਾ। ਲੜਕੀ ਦਾ ਕਹਿਣਾ ਕਿ ਉਸ ਵੇਲੇ ਉਹ ਸੋਚਣ ਸਮਝਣ ਦੀ ਸ਼ਕਤੀ ਵਿੱਚ ਨਹੀਂ ਸੀ ਜਦੋਂ ਡਾਕਟਰ ਉਸ ਨਾਲ ਰਿਲੇਸ਼ਨ ਬਣਾਉਂਦਾ, ਅਤੇ ਉਸ ਤੋਂ ਬਾਅਦ ਤਕਰੀਬਨ 1 ਮਹੀਨਾ ਲਗਾਤਾਰ ਉਹੀ ਡਾਕਟਰ ਲੜਕੀ ਨਾਲ ਰੋਜ਼ਾਨਾ ਰਿਲੇਸ਼ਨ ਬਣਾਉਂਦਾ, ਲੜਕੀ ਨੂੰ ਮਾਨਸਿਕ ਪਰੇਸ਼ਾਨ ਵੀ ਕਰਦਾ ਅਤੇ ਸੈਕਸ਼ੂਅਲ ਹਰਾਸ ਵੀ ਕਰਦਾ। ਇਹ ਲੜਕੀ ਦਾ ਡਾਕਟਰ 'ਤੇ ਆਰੋਪ ਹੈ। ਪਰ ਲੜਕੀ ਦਾ ਇਹ ਕਹਿਣਾ ਕਿ ਜਦ ਉਹ ਵਿਆਹ ਦੀ ਗੱਲ ਕਰਦੀ ਸੀ ਤਾਂ ਡਾਕਟਰ ਉਸਨੂੰ ਮਾਰਦਾ ਕੁੱਟਦਾ ਸੀ ਅਤੇ ਗਾਲਾਂ ਕੱਢਦਾ ਸੀ ਉਸਦੀ ਜਾਤੀ ਨੂੰ ਵੀ ਲੈ ਕੇ। ਪਰ ਅਸੀਂ ਤੁਹਾਡੇ ਤੱਕ ਖਬਰ ਇਸ ਕਰਕੇ ਪਹੁੰਚਾ ਰਹੇ ਹਾਂ ਕਿਉਂਕਿ ਉਸਦਾ ਕਾਰਨ ਇਹ ਹੈ ਕਿ ਜਿਹੜੀਆਂ ਬੱਚੀਆਂ ਜਾਂ ਜਿਹੜੀਆਂ ਸਾਡੀਆਂ ਭੈਣਾਂ ਦੇਖ ਰਹੀਆਂ ਹਨ, ਅਸੀਂ ਉਹਨਾਂ ਨੂੰ ਸਤਰਕ ਕਰਨਾ ਚਾਹੁੰਦੇ, ਉਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਜੇਕਰ ਕੋਈ ਬਲ ਦਾ ਪ੍ਰਯੋਗ ਕਰਕੇ, ਜੇਕਰ ਕੋਈ ਤੁਹਾਨੂੰ ਝਾਂਸੇ 'ਚ ਲੈ ਕੇ ਤੁਹਾਨੂੰ ਸੈਕਸ਼ੂਅਲੀ ਹਰਾਸ ਕਰਨ ਦੀ ਕੋਸ਼ਿਸ਼ ਕਰਦਾ, ਤੁਹਾਨੂੰ ਮਾਨਸਿਕ ਤੌਰ 'ਤੇ ਹਰਾਸ ਕਰਨ ਦੀ ਕੋਸ਼ਿਸ਼ ਕਰਦਾ, ਤਾਂ ਉਸਦਾ ਵਿਰੋਧ ਪਹਿਲੇ ਦਿਨ ਕਰੋ, ਪਹਿਲੇ ਟਾਈਮ ਹੀ ਕਰੋ। ਜਿਸ ਵਕਤ ਉਹ ਤੁਹਾਡੇ ਨਾਲ ਕੋਈ ਸੈਕਸ਼ੂਅਲ ਅਬਿਊਜ਼ ਕਰਨ ਦੀ ਕੋਸ਼ਿਸ਼ ਕਰਦਾ, ਉਸੇ ਵੇਲੇ ਉਸਦਾ ਵਿਰੋਧ ਕਰੋ। ਔਰ ਯਕੀਨ ਕਰਿਓ ਕਿ ਹਰ ਇਨਸਾਨ ਤੁਹਾਡਾ ਸਾਥ ਦੇਗਾ, ਕਿਉਂਕਿ ਦ੍ਰਿਸ਼ ਤਦ ਤੱਕ ਮੈਲਾ ਨਹੀਂ ਹੁੰਦਾ
जब तक दृष्टि मैली ना हो। जिस दी दृष्टि मैली होएगी कसूरवार वो आ जो किसी नाल बल का प्रयोग करके बलात्कार करता, किसी की मर्जी तो बगैर जो इंसान किसी लड़की ना बलात्कार करता, शर्म उसनू आनी चाहिए है। गलत वो आ बेइज्जती उसकी होंगी है, ना कि जिस नाल कोई दुष्कर्म करता बेइज्जती उसकी होंगी है। इस लड़की की एक बार हड बीती तो सुनाने साढ़े नाल मौजूद है। मैं चाहना कि असी इस धी का जरूर दुख सुनीए जी। बच्चे तुसी की कहना चाहोगे? मेरी एक फ्रेंड सी सर, मैनू जो पेट दियाँ प्रॉब्लम सगिया, मेरी फ्रेंड ने दसिया सीगा कि एक डॉक्टर आदा क्लीनिक आ, फिर तुसी उत्थे है ना दिखा के एक बार जाके आवो, उन्हें दसो। तो वह मैनू नाल लैके गई, मेरी मम्मा भी नाल गए सगे, तो डॉक्टर ने सानू मिलाया, तो डॉक्टर ने चैक किया तो मैनू उन्हें दसिया मैनू पेट की प्रॉब्लम आ, लिवर की प्रॉब्लम आ, तो लंग्स प्रॉब्लम आ। उस तो जिदा ट्रीटमेंट साडा स्टार्ट हो गया, और बाद दे विच मेरे मम्मी का ट्रीटमेंट शुरू किया, मेरे फादर साहब का भी ट्रीटमेंट डॉक्टर ने शुरू किया। हाँ जी, उस डॉक्टर ने उहदे कोल इदा साडा ट्रीटमेंट चलता रहा। उस डॉक्टर ने साडा काफ़ी भरोसा जिदा उस डॉक्टर ते बन गया। फिर जिदा मेरे फादर साहब का भी ट्रीटमेंट चलता सीगा, फिर साडे एक दो प्रॉपर्टी के मसले सीगे फादर साहब दे सीगे, उन्होंने सॉल्व करवाए सीगे। ओ उन्होंने क्यों डिस्कस कीते? फादर डिप्रेशन चल रहा सी तां डिस्कस कीते कि कारण की सीगा? फादर साहब मेरे डिप्रेशन च सीगे, मेंटली अपसेट सीगे फादर साहब मेरे। हाँ जी, फिर ओ तुसी डॉक्टर नाल डिस्कस कीता? हाँ जी, डॉक्टर नाल सी डिस्कस कीता, क्योंकि काफ़ी टाइम जिदा दवाइया खाते सी, साडे रिलेशन बन गए, फैमिली डॉक्टर ही रख लो भी, तां डिस्कस उस तो बाद सर जिदा वो मैनू दवाइया दिंदा सीगा, पता नहीं मैनू किद्दां दीआं स्ट्रोंग दवाइया दिंदा सी, वे ना तो मैं उहदीआं दवाइया खा के सौंदी सीगी, ना ही मैं किसी नाल गल करन दे हालात च सीगी, मैं भुखी भी रहिंदी सी, तीन तीन चार चार बजे तक जागी जाणा। मैं तुहाडी ना कंप्लेंट पढ़ी है जिहड़ी तुसीं लिखी आ, जिहड़ी तुसीं पुलिस प्रशासन नूं दित्ती आ, तुसीं उहदे विच लिखिआ कि मैं उहनां दे क्लीनिक च कम करदी सी, उह क्लीनिक च कदों कम करन लगे? उस क्लीनिक से मेरे फादर साहब की रिटायरमेंट सी, वो रिटायरमेंट से जिदा साढ़े फैमिली रिलेशन से साढ़े उत्ते आए रिटायरमेंट से, तो डॉक्टर ने कहा कि जिदा मैनू भी क्लीनिक से काम करने वाली कुड़ी की जरूरत आ, तो मेरे घर के भी हालात कुछ ठीक नहीं सके, भी तुसी मेरे को काम कर लवो, तो मेरे घर के भी हुण जदों फादर साहब मेरे रिटायर हो गए सके, तो घर के हालात कुछ ठीक नहीं सके, तो मैं उत्ते काम करने लगी सी। उत्ते काम जो कर लगे वह बिहेवियर किहो जिहा रहा तुहाडे नाल पहला स्टार्टिंग च? किहो जिहा रहा पहला स्टार्टिंग दे विच बिहेवियर चंगा सीगा, वधिया सीगा। हाँ जी, प्रॉब्लम्स कदों शुरू होईयां? प्रॉब्लम इदां स्टार्ट होईयां वे एक दिन वी जिदा कोई है नहीं सीगा डॉक्टर दे कैबन दे विच, उन्होंने अंदरों कुंडी लगा के मेरे नाल अश्लील हरकतां शुरू कीतीआं। ये 15 दिनां दे बाद च होई आ। अच्छा, तुसीं ज्वाइन कदों कीता? ज्वाइन मैं फरवरी महीने दे फर्स्ट वीक च स्टार्ट कीता सीगा, ते तकरीबन वीक फरवरी दे आसपास दी गल। हाँ जी, वीक फरवरी दे। फिर की होया? सर मैनू उस टाइम मैनू दवाइया ही इदां दीआं दिंदे सीगे कि मैं सोचण समझण दे हालात च नहीं सीगियां, जदों मैं विरोध कीता उहदा वे तुसीं आ की करदे आ, वे मैं कोशिश तो करना चाहती सी पर मेरे च वैल पावर खत्म हो चुकी सी, भी मैं कुछ भी सोच समझ नहीं सकती सीगी, ना मैं सौंदी सीगी, ना मैं खांदी पींदी सीगी। जदों मैं ये गल्लां डॉक्टर नूं दसदी सीगी, वह कहिंदे तू स्ट्रैस लैंदी पई आ, टेंशन दे विच आ, तां तैनूं इह कुछ हुंदा पिआ। जिवें तुसीं कहिंदे कि उन्होंने तुहाडे नाल रेप कीता, मैं तुहाडी कंप्लेंट पढ़ी आ, पर ਜਦੋਂ ਉਹਨਾਂ ਨੇ ਤੁਹਾਡੇ ਨਾਲ ਰੇਪ ਕੀਤਾ ਤੁਸੀਂ ਉਸੇ ਦਿਨ ਵਿਰੋਧ ਨਹੀਂ ਕੀਤਾ, ਆਪਣੇ ਪਰਿਵਾਰ ਨੂੰ ਜਾ ਕੇ ਦੱਸਿਆ ਨਹੀਂ? ਮੈਂ ਹਾਲਾਤ 'ਚ ਨਹੀਂ ਸੀ ਸਰ, ਮੈਨੂੰ ਦਵਾਈਆਂ ਹੀ ਇੱਦਾਂ ਦੀਆਂ ਦਿੰਦੇ ਸੀਗਾ ਕਿ ਮੈਂ ਕੁਛ ਸੋਚ ਸਮਝ ਨਹੀਂ ਸਕਦੀ ਸੀਗੀ, ਮੈਂ ਸਾਰਾ ਦਿਨ ਕੰਧਾਂ 'ਚ ਸਿਰ ਮਾਰਦੀ ਰਹਿੰਦੀ ਸੀ,
सुती रहिंदी सी, लड़दी झगड़दी सी घरदियां नाल, इदां करदी सी। पर जो डॉक्टर तुहाडे नाल इह अश्लील हरकतां करदा सी, तुसीं उहदे नाल नहीं लड़े झगड़े कि तू मैनूं इदां क्यों कर रहा? जदों चलो एक बार तुसीं गए आ, तुसीं 20 तरीक दे आस पास गल दसी आ, उहने तुहाडे नाल उदों गलत हरकत कीती, तुसीं कहिंदे कि तुहाडी ते मर्जी दे खिलाफ जा के कीती, तुहाडे कोल विल पावर नहीं सी, जदों उहने दूजी वारी कीती जां तीजी वारी कीती तुसीं उदों विरोध नहीं कीता? सर मैनूं रिवॉल्वर दिखा के डराउंदा सी, मैनू डरा धमका सी भी जे तू किसी ने यह गल की मैं तेनू भी मार देना, तेरे घरदियां नू भी मार देना। किन्नी बार अश्लील हरकत की उन्हें तुहाडे नाल? सर तकरीबन एक मंथ। एक मंथ पूरा की? हाँ जी। तो फिर तुसी ओ मतलब एक मंथ दस्या ही नहीं किसी? नहीं मैं किसी नू नहीं दस्या, डर ना तो ना तो मैं सोचन समझन जो हालात च सी, तो दूजा मैं डरती झगड़ डरती रहती सी भी जे मैं घर दसता भी मेरे फादर साहब नू भी इन्हें घरों कढ़ देना, मेरे मम्मी डैडी नू भी मार देना। घर तो तुहाडा अपना नहीं? क्योंकि सर उन्हें लिखवा लिया सीगा, मैनू कुछ नहीं पता सी वी ओह की करवाउंदे सी, यही मैनू कहिंदा सी कि मैं तेरे फादर साहब दा पेंशन दा काम करवाउंदा आ, वे तू इत्थे साइन करवा दे घरदियां तों आ करदे। पढ़िया नहीं कदी? नहीं सर कुछ नहीं पढ़िया। पढ़िया क्यों नहीं? क्योंकि मैं हालात च नहीं सी कुछ पढ़, मेरी सोचन समझन दी शक्ति खत्म हुंदी जांदी। ओह क्यों? सोचन समझन दी शक्ति कित्थे गवा ली तुसीं? क्योंकि सर मैनू पता नहीं किदां दीआं दवाइयां दिंदे सी, मैनू यही कहिंदे सी तेरे फेफड़िआं च प्रॉब्लम आ, तेनू स्ट्रैस कफ आ, तूं टेंशन ज़्यादा लैंदी आ। किन्ने टाइम दवाई खांदे सी तुसीं? सर मैं तीन टाइम दवाई दिंदा सी। तीन टाइम? हाँ जी। अपने घर खांदे सी कि क्लिनिक? क्लिनिक ते आप खलांदे? हाँ जी आप खलांदे सी। ਤੇ ਉਸ ਤੋਂ ਬਾਅਦ ਰਿਲੇਸ਼ਨ ਬਣਾਉਂਦੇ ਸੀ? ਉਸ ਤੋਂ ਬਾਅਦ ਰਿਲੇਸ਼ਨ ਬਣਾਉਂਦੇ ਸੀ। ਉਹਨਾਂ ਨੂੰ ਕਿਹਾ ਨਹੀਂ ਕਿ ਡਾਕਟਰ ਸਾਹਿਬ ਤੁਸੀਂ ਇੱਕ ਪਾਸੇ ਮੈਨੂੰ ਕਹਿ ਰਹੇ ਆ ਕਿ ਤੇਰੇ ਲੰਗਸ ਦੀ ਪ੍ਰੋਬਲਮ ਹੈ, ਤੇਰੇ ਪੇਟ ਦੀ ਪ੍ਰੋਬਲਮ ਹੈ, ਦੂਜੇ ਪਾਸੇ ਤੁਸੀਂ ਮੇਰੇ ਨਾਲ ਰਿਲੇਸ਼ਨ ਬਣਾ ਰਹੇ ਆ, ਮੈਂ ਰਿਕਵਰ ਕਿੱਦਾਂ ਕਰੂੰਗੀ? ਸਰ ਜੀ ਮੈਂ ਸੋਚਣ ਦੇ ਉਦੋਂ ਹਾਲਾਤ 'ਚ ਹੁੰਦੀ, ਬੋਲਣ ਦੇ ਹਾਲਾਤ 'ਚ ਹੁੰਦੀ, ਮੈਂ ਬੋਲਦੀ ਪਰ ਮੈਂ ਬੋਲਣ ਦੇ ਹਾਲਾਤ 'ਚ ਨਹੀਂ ਸੀ, ਮੈਨੂੰ ਕੁਛ ਪਤਾ ਨਹੀਂ ਸੀ ਲੱਗਦਾ ਵੀ ਹੁੰਦਾ ਕੀ ਆ। ਫਿਰ ਘਰ ਆ ਕੇ ਤੁਸੀਂ ਜਿਵੇਂ ਦੱਸਿਆ ਕਿ ਕੰਧਾਂ 'ਚ ਟੱਕਰਾਂ ਮਾਰ? ਹਾਂ ਜੀ ਕੰਧਾਂ 'ਚ ਟੱਕਰਾਂ ਮਾਰ, ਤਿੰਨ ਤਿੰਨ ਚਾਰ ਚਾਰ ਵਜੇ ਤੱਕ ਮੈਂ ਛੱਤ 'ਤੇ ਬੈਠੀ ਰਹਿਣਾ, ਮੈਂ ਸੋਣਾ ਨਹੀਂ, ਲੱਸ ਘਰਦਿਆਂ ਨਾਲ ਲੜਨਾ ਝਗੜਨਾ। ਮਤਲਬ ਉਹਨਾਂ ਹਾਲਾਤਾਂ ਵਿੱਚ ਕੰਧਾਂ 'ਚ ਟੱਕਰਾਂ ਇਸ ਕਰਕੇ ਵੱਜਦੀਆਂ ਸੀਗੀਆਂ ਕਿ ਮੈਂ ਵਿਰੋਧ ਨਹੀਂ ਕਰ ਪਾ ਰਹੀ ਡਾਕਟਰ ਮੇਰੇ ਨਾਲ ਕੀ ਕਰਿਆ ਕਿ ਕੀ ਕਾਰਨ ਸੀ? ਹਾਂਜੀ ਵੀ ਮੈਂ ਵਿਰੋਧ ਨਹੀਂ ਕਰ ਪਾਉਂਦੀ, ਮੈਂ ਕਾਫੀ ਵਾਰ ਵਿਰੋਧ ਕਰਨਾ ਚਾਹਿਆ ਪਰ ਮੇਰੇ ਤੋਂ ਮੇਰੀ ਵੈਲ ਪਾਵਰ ਖਤਮ ਸੀ ਕਿ ਮੈਂ ਵਿਰੋਧ ਨਹੀਂ ਕਰ ਸਕੀ। ਪਰ ਜਦੋਂ ਮੈਂ ਡਾਕਟਰ ਨੂੰ ਜਾ ਕੇ ਦੱਸਿਆ ਕਿ ਮੈਨੂੰ ਵੀ ਮੈਂ ਸੌਂਦੀ ਨਹੀਂ, ਮੈਨੂੰ ਟੈਂਸ਼ਨ ਵੀ ਮੈਂ ਸੌਂਦੀ ਨਹੀਂ, ਸਾਰਾ ਸਾਰਾ ਦਿਨ ਜਾਗਦੀ ਰਹਿੰਦੀ ਹਾਂ ਵੀ ਟੱਕਰਾਂ ਮਾਰਦੀ ਹਾਂ, ਕਹਿੰਦੇ ਵੀ ਟੈਂਸ਼ਨ ਕਰਕੇ ਤੂੰ ਇੱਦਾਂ ਕਰਦੀ ਹੈ, ਤੂੰ ਆਪੇ ਠੀਕ ਹੋ ਜਾਣਾ। ਪਰ ਤੁਸੀਂ ਦੱਸਿਆ ਕਿ ਤੁਸੀਂ ਆਪਣੇ ਮਾਂ ਪਿਓ ਨਾਲ ਵੀ ਲੜਦੇ ਸੀ, ਕਦੀ ਡਾਕਟਰ ਦੇ ਨਹੀਂ ਦਿਲ ਕੀਤਾ ਕਿ ਮੂੰਹ 'ਤੇ ਚਪੇੜ ਮਾਰਾਂ ਜੋ ਮੈਨੂੰ ਹਰਕਤਾਂ ਕਰ ਰਿਹਾ? ਕੁਛ ਨਹੀਂ ਸੀ ਪਤਾ ਲੱਗਦਾ ਮੈਨੂੰ, ਮੈਂ ਜਦੋਂ ਵਿਰੋਧ ਕੀਤਾ ਤਾਂ ਮੈਨੂੰ ਉਹ ਡਰਾਉਣ ਧਮਕਾਉਣ ਲੱਗ ਪਏ ਵੀ ਮੈਂ ਨਹੀਂ ਤਾਂ ਤੇਰੇ ਜੇ ਤੂੰ ਕਿਸੇ ਨੂੰ ਵੀ ਦੱਸਿਆ ਮੈਂ ਤੇਰੇ ਘਰਦਿਆਂ ਨੂੰ ਜਾਨੋਂ ਮਾਰ ਦੇਣਾ। ਜਾਨੋਂ ਕਿਸ ਚੀਜ਼ ਨਾਲ ਮਾਰ ਦੇਣਾ? ਪਿਸਤੌਲ ਨਾਲ, ਉਹਦੇ ਕੋਲ ਪਿਸਤੌਲ ਹੁੰਦਾ ਸੀਗਾ। ਪਰ ਹੁਣ ਹੁਣ ਫਿਰ ਇਹ ਤਾਕਤ ਕਿੱਥੋਂ ਆਈ? ਹਾਲਾਂਕਿ ਚੰਗੀ ਗੱਲ ਹੈ ਤੁਹਾਡੇ 'ਚ ਤਾਕਤ ਆਈ ਹੈ, ਤੁਹਾਡੇ ਸਟੈਪ ਨਾਲ ਹੋਰ ਲੜਕੀਆਂ ਬਚ ਜਾਣਗੀਆਂ। ਇਹ ਬਹੁਤ ਅਸੀਂ ਗੱਲ ਨੂੰ ਖੁੱਲ੍ਹ ਕੇ ਡਿਸਕਸ ਵੀ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਇੱਦਾਂ ਦੀਆਂ ਸਾਡੀਆਂ ਹੋਰ ਧੀਆਂ ਪਤਾ ਨਹੀਂ ਕਿੰਨੀਆਂ ਕਹਿ ਇਹੋ ਜਿਹੇ ਡਾਕਟਰਾਂ ਦੇ ਝਾਂਸੇ ਵਿੱਚ ਆ ਜਾਂਦੀਆਂ ਹੋਣਗੀਆਂ ਜਾਂ ਆਉਣ ਵਾਲੀਆਂ ਹੋਣਗੀਆਂ। ਉਹਨਾਂ ਨੂੰ ਸਤਰਕ ਕਰਨਾ ਚਾਹੁੰਦੇ ਹਾਂ, ਡਾਕਟਰ ਕੋਲ ਨਾ ਤਾਂ ਕੋਈ ਗਾਇਨਕੋਲੋਜਿਸਟ ਦੀ ਡਿਗਰੀ ਹੈ, ਉਹ ਲੜਕੀ ਨੂੰ ਲੇਡੀਜ਼ ਪ੍ਰੋਬਲਮ ਦੀ ਦਵਾਈ ਵੀ ਦਿੰਦਾ ਰਿਹਾ ਔਰ ਲੜਕੀ ਦਾ ਕਹਿਣਾ ਕਿ ਤਿੰਨ ਟਾਈਮ ਉਸਨੂੰ ਮੈਡੀਸਿਨ ਦਿੰਦਾ ਰਿਹਾ, ਉਸ ਦੇ ਬਾਅਦ ਉਸ ਨਾਲ ਰਿਲੇਸ਼ਨ ਬਣਾਉਂਦਾ ਰਿਹਾ। ਤੁਹਾਨੂੰ ਕੋਈ ਝਾਂਸਾ ਵੀ ਦਿੱਤਾ ਸੀਗਾ ਕਿ ਮੈਂ ਮਤਲਬ ਜਿਵੇਂ ਤੁਹਾਡੀ ਮੈਂ ਜਿਹੜੀ ਰਿਪੋਰਟ ਪੜ੍ਹੀ ਆ, ਜਿਹੜੀ ਤੁਸੀਂ ਐਪਲੀਕੇਸ਼ਨ ਦਿੱਤੀ ਆ, ਜਿਹੜੀ ਸ਼ਿਕਾਇਤ ਕੀਤੀ, ਉਹਦੇ ਵਿੱਚ ਤੁਸੀਂ ਲਿਖਿਆ ਕਿ ਮੈਨੂੰ ਝਾਂਸਾ ਵੀ ਦਿੰਦਾ ਰਿਹਾ, ਉਹ ਝਾਂਸਾ ਕੀ ਸੀ? ਸਰ ਮੈਨੂੰ ਝਾਂਸਾ ਇਹ ਦਿੰਦਾ ਸੀ ਕਿ ਮੈਂ ਤੇਰੇ ਨਾਲ ਵਿਆਹ ਕਰਵਾਊਂਗਾ, ਅਤੇ ਮੈਂ ਨਾ ਇੱਕ ਵਾਰੀ ਆਪਣੀ ਫੋਨ 'ਤੇ ਵਾਈਫ ਨਾਲ ਗੱਲ ਵੀ ਕਰਵਾਈ ਸੀਗੀ, ਪਰ ਸਰ ਮੈਂ ਉਸ ਟਾਈਮ ਸੋਚ ਸਮਝਣ ਦੇ ਹਾਲਾਤ 'ਚ ਨਹੀਂ ਸੀਗੀ ਵੀ ਉਹਨੇ ਆਪਣੀ ਵਾਈਫ ਨਾਲ ਗੱਲ ਕਰਾਈ ਸੀ ਜਾਂ ਕਿਸੇ ਹੋਰ ਨਾਲ ਗੱਲ ਕਰਾਈ ਸੀ। ਅੱਜ ਮੈਂ ਸੋਚਣ ਸਮਝਣ ਦੇ ਹਾਲਾਤ 'ਚ ਹਾਂ ਤਾਂ ਮੈਂ ਕਹਿ ਸਕਦੀ ਹਾਂ ਮੈਡੀਸਨ ਖਾਂਦੇ ਹੋ? ਨਹੀਂ ਮੈਂ ਕੋਈ ਮੈਡੀਸਨ ਨਹੀਂ ਖਾਂਦੀ, ਹੁਣ ਮੈਂ ਸੋਚ ਸਮਝ ਸਕਦੀ ਹਾਂ, ਮੈਨੂੰ ਪਤਾ ਆ ਵੀ ਮੇਰੇ ਨਾਲ ਗਲਤ ਹੋਇਆ, ਮੈਨੂੰ ਨਹੀਂ ਪਤਾ ਵੀ ਉਹ ਕਿਸ ਔਰਤ ਨਾਲ ਉਹਨੇ ਮੇਰੇ ਨਾਲ ਮੇਰੀ ਗੱਲ ਕਰਾਈ, ਕਿਸ ਨਾਲ ਨਹੀਂ, ਮੈਂ ਨਹੀਂ ਜਾਣਦੀ। ਕੀ ਕਿ ਉਸ ਔਰਤ ਨਾਲ ਜਿਸ ਨਾਲ ਗੱਲ ਕਰਾਈ? ਉਸ ਔਰਤ ਨੇ ਮੈਨੂੰ ਇਹੀ ਕਿਹਾ ਵੀ ਕੋਈ ਨਹੀਂ ਤੂੰ ਬਾਹਰ ਚਲ ਜਾ, ਮੈਂ ਤੇਰਾ ਇੰਨਾ ਵਿਆਹ ਕਰਵਾ ਦੂੰਗੀ। ਪਰ ਇੱਕ ਵੈਸੇ ਚਲੋ ਤੁਸੀਂ ਕਿਹਾ ਕਿ ਮੈਂ ਸੋਚ ਸਮਝ ਨਹੀਂ ਸਕਦੀ, ਪਰ ਹੈਰਾਨੀ ਵਾਲੀ ਗੱਲ ਦੇਖੋ, ਇੱਕ ਡਾਕਟਰ ਹੈ ਬੰਦਾ ਆਲਰੇਡੀ ਇੰਡੀਆ ਵਿੱਚ ਕਲੀਨਿਕ ਚਲਾ ਰਿਹਾ, ਉਹ ਉਹਦੀ ਵਾਈਫ ਸੋ ਕਾਲਡ ਵਾਈਫ ਕਿਉਂਕਿ ਪਤਾ ਨਹੀਂ ਓਰੀਜਨਲ ਸੀ ਕਿ ਨਹੀਂ ਸੀ, ਉਹ ਇੱਕ ਬੱਚੀ ਨੂੰ ਕਹਿ ਰਹੀ ਕਿ ਤੂੰ ਆਈਲੈਟਸ ਕਰ ਲਾ, ਇਹਨੂੰ ਨਾਲ ਲੈ ਜਾ, ਬਾਹਰ ਲੈ ਜਾ। ਜਿਹੜਾ ਬੰਦਾ ਇੱਥੇ ਆਲਰੇਡੀ ਡਾਕਟਰ ਆ, ਜਿਹੜਾ ਆਲਰੇਡੀ ਸਕਸੈਸਫੁਲ ਆ, ਉਹ ਬਾਹਰ ਜਾ ਕੇ ਕੀ ਕਰੂਗਾ? ਉਹਦਾ ਇੱਥੇ ਪੈਸੇ ਕਮਾ ਰਿਹਾ ਔਰ ਲੋਕਾਂ ਨੂੰ ਬੇਵਕੂਫ ਬਣਾ ਰਿਹਾ, ਜਿਵੇਂ ਬੇਟੀ ਦੱਸ ਰਹੀ ਆ ਇਹਦੇ ਨਾਲ ਰਿਲੇਸ਼ਨ ਬਣਾ ਰਿਹਾ, ਇਹਨਾਂ ਦੇ ਘਰ ਦੀ ਜਿਵੇਂ ਦੱਸਦੀ ਜ਼ਮੀਨ ਵੀ ਆਪਣੇ ਨਾਲ ਲਿਖਾਈ ਹੋਈ ਹੈ, ਤਾਂ ਦਿਸ ਇਜ਼ ਵੈਰੀ ਸੀਰੀਅਸ, ਵੈਰੀ ਕ੍ਰਿਟੀਕਲ। ਤੁਸੀਂ ਜੋ ਅਪੀਲ ਕਰਨਾ ਚਾਹੁੰਦੇ ਹੋ ਪ੍ਰਸ਼ਾਸਨ ਅੱਗੇ, ਜੋ ਸਮਾਜ ਅੱਗੇ ਗੱਲ ਰੱਖਣਾ ਚਾਹੁੰਦੇ ਹੋ, ਮੈਂ ਜ਼ਰੂਰ ਚਾਹੁੰਦਾ ਕਿ ਤੁਸੀਂ ਸਾਡੇ ਪਰਿਵਾਰਕ ਮੈਂਬਰ ਜਿਹੜੇ ਦੇਖ ਰਹੇ ਨੇ, ਅਸਲੀ ਜੱਜ ਇਹ ਵੀ ਨੇ ਸੰਸਾਰ ਵਿੱਚ ਜੋ ਹੁੰਦਾ, ਇਹਨਾਂ ਦੀ ਕਚਹਿਰੀ 'ਚ ਕੋਈ ਗੱਲ ਰੱਖਣਾ ਚਾਹੋ ਤਾਂ।
मैं तो सर यही कहना चाहती हाँ कि इदा के इंसान को छड़ना नहीं चाहिए, सज़ा मिलनी चाहिए आ। मैं पुलिस प्रशासन अगे भी बेनती की पर मेरी उन्होंने सुनी नहीं, एक महीना हो गया मैनू ना अगे अपील की पर उन्होंने मेरी कोई भी सुनी नहीं। थले बैठे गल सुना रहे सर, एक बारी मैं मैरिज ते गई सी, मेरे ब्रदर ने कजन सिस्टर दी मेरी मैरिज सी, उस मैरिज ते मैं गई सी, तो वे डॉक्टर कहिंदा भी तू क्यों उस मैरिज ते गई, तो मैं यह गल कही सी भी सर मैनू दो दिन की छुट्टी चाहिए आ, मैं उस छुट्टी लैनी सी, तो मैं दो दिन क्लीनिक ते नहीं गई, तो डॉक्टर अपने बोल्ट चक के घर आ गया साढ़े मोटरसाइकिल, हाँ जी मोटरसाइकिल लैके आ गया, उस पिस्तल दे विच तीन गोलियां सीगियां, वो कहिंदा मैं थोड़ी किस्मत अजमानी सी, उस तो पहला मैं घरों चल गई सी, उन्हें घर आके मेरे मम्मा उन्होंने पूछा भी हाँ जी कित्थे आ, मम्मा कहिंदे भी ओह तुहाडी मम्मी नूं भी डराउंदा सी, हाँ जी मेरी पूरी फैमिली नूं डराउंदा सी, फिर इहदा मतलब तुहाडी मम्मी नूं पता सी तुहाडे नाल उहदे क्लिनिक च की हुंदा आ, नहीं पता नहीं सी किसे नूं, किसी नूं नहीं सी पता, उस दे बाद च पता लगा सीगा। अच्छा जदों पिस्तल वाली गल हुई, हाँ जी जदों पिस्तल वाली गल हुई उस दे बाद च पता लगा। अच्छा उत्थों सारी कहानी जिहड़ी हाँ जी उत्थों उजागर हुई आ, उत्थों पता लगा, उत्थों उन्होंने मेरी मासी जी नूं फोन किया, मेरी मासी जी मैनूं आके लैके गए। अच्छा मैं हुण समझिया कि मतलब पहला तुहाडे नाल गलत हरकतां करदे रहे आ डॉक्टर जिहड़ा, उह करदा रहा तुहाडे नाल गलत हरकतां, तुहानूं मिसयूज़ करदा, इह देखो इक इट्स अ काइंड ऑफ ब्रीच ऑफ ट्रस्ट, एक डॉक्टर अपने पेशेंट की परसनल गल्लां दे चलदे होए, क्योंकि एक पेशेंट डॉक्टर ते भरोसा नहीं करेगा तो किते करेगा। मैं इस बच्ची दे जे उहदे भाव समझा जज्बात समझा, इहनूं इह दस्सिया गया कि तेरे पेट च प्रॉब्लम है, तेरे लीवर च प्रॉब्लम है, तेरे लंग्स च प्रॉब्लम है, जो इस बच्ची ने सानूं दस्सिया ऑफ द कैमरा एंड ऑन कैमरा। उस तो बाद इस नाल रिलेशन बनाए गए, यह कह रही है कि मैनूं तीन बार दवाइयां खिलाई जांदियां सन, मतलब शी वॉज़ नॉट इन्ना कॉन्शियस कि वो डिसीजन मेकिंग पार उसकी जी सुन हो चुकी सी, वो वर्डिक्ट लवे किसी को दसे, जो ये लड़की कह रही है जो ये हालात बयान कर रहे हैं, तो गल उजागर उदों होंदी है जदों डॉक्टर इन्हां दे घर आ जांदा, लड़की छुट्टी ले लैंदी है, लड़की क्लिनिक ते नहीं जांदी, घर पिस्टल लैके आ जांदा, फिर माँ नूं पता चलता है कि लड़की ना कुछ गड़बड़ है, उस तो बाद इसी मासी नूं इतलाह की जाती है, फिर उस तो बाद की होया बेटी? इस तो बाद मेरी मासी जी मैनूं लैके जांदी, मैं उन्हां नूं सारा कुछ दस्या, फिर दस दिता कि तुहाडे नाल जो कनौनी हरकत कीती, हाँ जी सारा कुछ मैं अपनी मासी जी नूं दस्या, फिर वो मेरे स्टैंड च खड़े होए, उन्होंने पुलिस हौसला दिता, कोई गल नहीं बच्चे असीं वी हौसला दिंदे आ, सारा समाज तुहाडे नाल है, और बाकी जिहड़ियां बच्चियां घर बह के देख रही, असीं जरूर चाहांगे कि तुसीं सतर्क होवो, तुसीं जरूर इस इदां दे जाल विच जद कोई तुहानूं फसाण की कोशिश करता, जद कोई तुहानूं अपने शिकंजे च लैण की कोशिश करता, उहदा फस्ट टाइम ही विरोध करो, क्योंकि हुण जिवें बच्ची दस रही आ घनौनी हरकत इन्हें होंगी रही है, जिवें इन्हें कहा कि महीना घनौनी हरकत होंगी रही, इन्हों मेडिसिन खिलाइया गई हैं, और उस तो बाद इन्हों डराया भी जा रहा है, इन्हों की प्रॉपर्टी भी कहती कि लिखा ली है, तो दिस इज़ वेरी सीरीयस। तुहाडे मासी कित्थे आ? मासी नाल भी एक बारी गल करवा दो। हाँ जी मेरी मासी जी कोल ही आ। लड़की की मासी साडे नाल हुण मौजूद है, पहला तो भैन जी मैं तुहाडा शुक्रिया अदा करना चाहूँगा कि तुसीं इस औखे वेले बेटी की जिहड़ी हैल्प की आ, हालांकि मैं बार बार बेटी कह रहा सी, बच्ची की आइडेंटिटी नहीं दसना चाहांगे और दस भी नहीं सकते, पर असी तुहाडी जरूर चाहांगे कि तुहाडा जिहड़ा हौसला वधाई आ, तुसीं कमेंटा राही बेटी नूं भेज सकते हो। भैन जी दस्सिओ की वाकया होया, बच्ची ने की किवें तुहानूं इतलाह कीता, ते उस तो बाद तुसीं किवें जद्दोजहद कर रहे हो? सर मेरी बेटी ने मेरी सिस्टर का फोन आया सीगा कि इदा इदा करके डॉक्टर ने इहदे नाल बहुत ज़्यादा घटिया गल की है, तो सानू कुछ दस नहीं रही हैगी, तो सर फिर मैं रात नू ही गई हाँ, 9-10 बजे जाके मैं बेटी अपनी नू ना उहदे चुंगल चो कढ के लैके आई, उह तो हॉस्पिटल सी कि अपने घर सी? नहीं घर सी, कंधा च सिर मारदी पई सीगी, तो मैं उत्थों कढ के लैके आई हाँ इहनू, तो जदों मेरी बेटी ने उत्थे मैं रखिया सुनिया इहदियां सारियां गल्लां, मेरे पैरां थल्लों जमीन निकल गई। सर तुहाडी भाण जी आ? हाँ जी मेरी भाण जी आ, ते मैनूं इहदा दुख मतलब कि बर्दाश्त नहीं, जदों मैं सुनिया ते मैनूं मतलब कि समझ नहीं आउंदी सी कि मैं की करां, ते फिर मैं इहदी सारी गल समझ के ते वी आपां दरखास्त दित्ती, जदकि साडी पुलिस ने कोई सुनवाई नहीं की, एक महीना हो गया सानूं पुलिस दे चक्कर कट्टदे आ, कदी कुछ कह के भेज दिंदे, कदी कुछ कह के भेज दिंदे आ, मेरी सुनवाई नहीं हो रही, जे पुलिस इदां करूगी ते आम आदमी किहदे कोल जा के अपनी मंग मंगूगा? ते थक हार के आपां हुण तुहाडे कोल आए हां कि सानूं इंसाफ चाहीदा आ, ते जो कि मेरी बच्ची नूं इंसाफ मिले।
देखो ये जरूरी भी बहुत है जेकर बच्ची सच्ची है, क्योंकि हाले बच्ची आरोप लगा रही है, क्योंकि यदा मैडिकल होएगा जब पुलिस अपने लीगल एक्टिविटीज देखेंगी। जेकर ये बच्ची सच बोल रही है तो डॉक्टर वालों इट्स अ ब्रीच ऑफ ट्रस्ट, पेशेंट ना धोखा होया, क्योंकि पेशेंट ना जिवें उन्हें दस्या कि गायनाकोलॉजिस्ट के तौर पर भी उन्होंने मेडिसिन दिंदा रहा। जे अज इस बच्ची ना होया कल किसी होर ना ना हो, इस करके ये बहुत मामला गंभीर है, बहुत डूंघाई से सोचना चाहिए। बहुत ज़्यादा गंभीर है सर, अब साड़ी बच्ची ना होया कल किसी की बच्ची ना भी हो सकता, इसलिए आप आवाज़ उठाना चाहते हैं कि किसी की बच्ची ना भी गलत ना हो जो मेरी बच्ची के नाल होया है। भाण जी मेरी असी कि क्या कि मैंटली एबसेंट हुआ कि कंधा च सिर मार दी है, मैं तुम्हें दस नहीं सकता। नवा शहर के नेे जिते पिंड रेंगे उ रह रहे कि बच्ची नहीं, मैं बच्ची अपने हुशियारपुर सर लै गई हाँ, उत्थे तो रहने की कंडीशन है नहीं ना यो। तो उस तो बाद डॉक्टर ने अप्रोच तो नहीं किया जो तुम कंप्लेंट लिखाती है फिर तो कोई धमकी या कुछ तो नहीं कोई गल? हाँ जी आया सी एक बार फोन पर, उन्होंने धमकियां दित्तियां सी इन्हां दे मदर नूं कि तुसी अपना जो भी केस आ वापस लै लो, जो भी गल आ मेरे नाल बैठ के गल कर लो। अच्छा हाँ जी, मतलब की किया कि हेलो ਹੋ ਸਕਦੀ ਹੈ ਨੰਬਰ ਦੋਗੇ ਉਹਨਾਂ ਦਾ? ਐਕਚੁਅਲ ਸਰ ਨੂੰ ਕਿਤੇ ਬਾਹਰ ਗਏ ਹੋਏ ਆ ਜੀ, ਉਹ ਰਿਸ਼ਤੇਦਾਰੀ 'ਚ। ਹੁਕਮ ਕਰੋ ਸਰ, ਤੁਸੀਂ ਕੌਣ ਗੱਲ ਕਰਦੇ? ਮੈਂ ਦਿਨੇਸ਼ ਸੂਰੀ ਗੱਲ ਕਰ ਰਿਹਾ ਜੀ, ਪੀਬੀ ਬੱਤੀ ਨਵਾਂ ਸ਼ਹਿਰ ਚੈਨਲ ਤੋਂ ਜੀ। ਸਰ ਮੇਰੇ ਨਾ ਥੋੜ੍ਹੀ ਦੇਰ ਗੱਲ ਹੋਈ ਸੀਗੀ ਜੀ। ਸਰ ਉਹਨਾਂ ਨੇ ਆਪਣਾ ਪੱਖ ਰੱਖਿਆ ਸਾਡੀ ਵੀਡੀਓ 'ਚ ਜੀ। ਸਰ ਅਤੇ ਅਸੀਂ ਜਿਹੜਾ ਵਰਜਨ ਚਾਹੁੰਦੇ ਸੀਗੇ, ਕਿਉਂਕਿ ਉਹਨਾਂ ਨੇ ਆਰੋਪ ਲਗਾਇਆ ਇਸ, ਅਤੇ ਅਸੀਂ ਚਾਹੁੰਦੇ ਸੀ ਕਿ ਉਹਨਾਂ ਨਾਲ ਗੱਲਬਾਤ ਕਰਕੇ ਹੀ ਜਿਹੜਾ ਇਸ ਵੀਡੀਓ ਨੂੰ ਪੂਰਾ ਚਲਾਇਆ ਜਾਵੇ ਜੀ। ਸਰ ਜਦੋਂ ਸਰ ਆਉਂਦੇ ਮੈਂ ਤੁਹਾਡੀ ਗੱਲ ਕਰਵਾਉਣਾ ਜੀ, ਜਦੋਂ ਵੀ ਆ ਗਏ ਉਹ ਆਊਟ ਆਫ ਸਟੇਸ਼ਨ ਕਿਉਂ ਹੋਏ ਆ, ਮਾਤਾ ਦੇ ਗਏ ਹੋਏ ਜੀ? ਨਹੀਂ ਆਊਟ ਆਫ ਸਟੇਸ਼ਨ ਕਦੋਂ? ਹੈਲੋ ਹਾਂਜੀ ਹਾਂਜੀ ਸਰ ਹਾਂਜੀ, ਪਰ ਅਸੀਂ ਆਪਣੇ ਕਿਸੇ ਸੋਰਸ ਨੂੰ ਅੱਜ ਸਵੇਰ ਭੇਜਿਆ ਸੀ, ਉਹ ਕਹਿੰਦੇ ਉੱਥੇ ਹੀ ਆ। ਨਹੀਂ ਸਰ ਝੂਠ ਬੋਲਣਾ, ਤਾਂ ਬ੍ਰਦਰ ਹੋਣੇ ਆ ਮੈਂ, ਜਿਹੜੇ ਛੋਟੇ ਬ੍ਰਦਰ ਆ, ਮਾਸੀ ਦਾ ਬੇਟਾ, ਉਹ ਹੋ ਸਕਦਾ ਉਹ ਪਿੱਛੇ ਗਾਈਆਂ ਰੱਖੀਆਂ ਹੋਈਆਂ ਨਾ, ਗਾਈਆਂ ਗੁਈਆਂ ਦਾ ਕੰਮ ਕਰਦੇ ਪਿੱਛੇ ਨਾਲ। ਅੱਛਾ ਮੈਨੂੰ ਗੱਲ ਦੱਸ, ਉਹ ਕਿਹੜੀ ਡਿਗਰੀ ਆ, ਗਾਇਨਾਕੋਲੋਜਿਸਟ ਵੀ ਨੇ ਇਹ? ਨਹੀਂ ਨਹੀਂ ਸਰ ਬਿਲਕੁਲ ਨਹੀਂ ਹੈ ਜੀ। ਫਿਰ ਜਿਹੜੀ ਲੜਕੀਆਂ ਨੇ, ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਪੀਰੀਅਡਸ ਦੀ ਪ੍ਰੋਬਲਮ ਸੀ, ਤਾਂ ਮੈਡੀਸਨ ਵੀ ਜਿਹੜੀ ਇਹਨਾਂ ਨੇ ਖੁਦ ਇਨਪੁੱਟ ਕੀਤੀ ਆ? ਸਰ ਮੈਂ ਇਹਦੇ ਬਾਰੇ ਕੋਈ ਕਮੈਂਟ ਨਹੀਂ ਕਰ ਸਕਦਾ, ਐਕਚੁਅਲ ਉਹਨਾਂ ਨਾਲ ਗੱਲ ਹੈ, ਉਹ ਗੱਲ ਕਰੂਗੇ ਤੁਹਾਡੇ ਨਾਲ। ਉਹ ਤੁਹਾਡਾ ਨੰਬਰ ਉਹਨਾਂ ਨੂੰ ਕਰ ਦਿੰਦਾ ਹੈਗਾ, ਨੰਬਰ ਫਾਰਵਰਡ, ਨੰਬਰ ਮੈਨੂੰ ਫਾਰਵਰਡ ਕਰ ਦਿਓ। ਦੂਜਾ ਮੈਂ ਤਾਂ ਜਿਹੜਾ ਨੰਬਰ ਵੀ ਹੈ ਤੁਹਾਡਾ, ਮੈਂ ਇਹ ਨੰਬਰ ਤੁਹਾਡਾ ਉਹਨਾਂ ਨੂੰ ਭੇਜ ਦਿੰਦਾ, ਤੁਹਾਡੇ ਨਾਲ ਗੱਲ ਕਰ ਲਾਂਗੇ। ਅੱਛਾ ਇੱਕ ਮੈਨੂੰ ਦੱਸਿਓ, ਡਿਗਰੀ ਕਿਹੜੀ ਇਹਨਾਂ ਕੋਲ? ਇਹਨਾਂ ਨੇ ਐਮਡੀ ਲਿਖਿਆ ਹੋਇਆ, ਅੱਗੇ ਕੀ ਲਿਖਿਆ ਮੈਨੂੰ? ਮੈਂ ਤੁਹਾਨੂੰ ਕਿਹਾ ਮੈਂ ਦੱਸ ਰਿਹਾ ਨਾ, ਮੈਨੂੰ ਜਿਸ ਚੀਜ਼ ਦਾ ਨਹੀਂ ਪਤਾ ਮੈਂ ਤੁਹਾਨੂੰ ਐਵੇਂ ਕਮਿਟ ਕਰ ਦਵਾਂ, ਤੁਹਾਨੂੰ ਗੱਲ ਕਰ ਦਿਓ, ਸਾਨੂੰ ਬੈਕ ਕਾਲ ਕਰ ਦਿਓ, ਮੈਂ ਇਹ ਨੰਬਰ। ਚਲੋ ਪਲੀਜ਼ ਕਰਿਓ ਸਰ, ਜ਼ਰੂਰ ਹੈ। ਪੂਰੇ ਘਟਨਾਕ੍ਰਮ 'ਤੇ ਅਸੀਂ ਕੋਸ਼ਿਸ਼ ਕੀਤੀ ਕਿ ਡਾਕਟਰ ਨਾਲ ਵੀ ਗੱਲਬਾਤ ਕੀਤੀ ਜਾਵੇ, ਅਸੀਂ ਫੋਨ ਕਾਲ ਕੀਤੀ ਆ, ਤੁਸੀਂ ਦੇਖਿਆ ਹੋਣਾ ਕਿ ਫੋਨ 'ਤੇ ਗੱਲਬਾਤ ਕੀਤੀ ਹੈ, ਪਰ ਡਾਕਟਰ ਖੁਦ ਬੋਲ ਰਹੇ ਸਨ ਇਸ ਗੱਲ ਦੀ ਸਪਸ਼ਟੀ ਆ ਜਿਹੜੀ ਉਹ ਲੜਕੀ ਨੇ ਕੀਤੀ ਆ। ਲੇਕਿਨ ਫੋਨ 'ਤੇ ਜੋ ਵਿਅਕਤੀ ਸਾਡੇ ਨਾਲ ਗੱਲਬਾਤ ਕਰ ਰਿਹਾ ਸੀ, ਉਸ ਦਾ ਕਹਿਣਾ ਸੀ ਕਿ ਮੈਂ ਡਾਕਟਰ ਦਾ ਬ੍ਰਦਰ ਬੋਲ ਰਿਹਾ, ਪਰ ਲੜਕੀ ਨੇ ਇਸ ਗੱਲ ਨੂੰ ਸਪਸ਼ਟ ਕੀਤਾ ਕਿ ਆਵਾਜ਼ ਡਾਕਟਰ ਦੀ ਆਪਣੀ ਸੀ। ਉਸ ਤੋਂ ਬਾਅਦ ਅਸੀਂ ਡਾਕਟਰ ਦੇ ਕਲੀਨਿਕ 'ਤੇ ਵੀ ਜਾ ਕੇ ਆਏ, ਕੋਸ਼ਿਸ਼ ਕੀਤੀ ਉਹਨਾਂ ਨਾਲ ਰਾਬਤਾ ਬਣਾਈਏ, ਹਾਲਾਂਕਿ ਅਸੀਂ ਪ੍ਰੋਟੋਕੋਲਸ ਦੇ ਚੱਲਦੇ ਹਾਂ, ਉਹਨਾਂ ਦੀ ਕਲੀਨਿਕ ਨਹੀਂ ਦਿਖਾ ਸਕਦੇ। ਉਹ ਵੀਡੀਓ ਤੁਹਾਡੇ ਸਾਹਮਣੇ ਉਜਾਗਰ ਨਹੀਂ ਕਰ ਰਹੇ ਕਿ ਅਸੀਂ ਕਿਸ ਕਲੀਨਿਕ 'ਤੇ ਜਾ ਕੇ ਹਾਂ, ਲੇਕਿਨ ਡਾਕਟਰ ਦੀ ਕਲੀਨਿਕ 'ਤੇ ਵੀ ਜਾ ਕੇ ਆਉਂਦੇ ਹਾਂ ਤਾਂ ਕਿ ਉਹਨਾਂ ਨਾਲ ਗੱਲਬਾਤ ਹੋ ਸਕੇ। ਔਰ ਤਕਰੀਬਨ ਹੁਣ 26-27 ਘੰਟੇ ਹੋ ਗਏ ਜਦੋਂ ਮੇਰੀ ਫੋਨ 'ਤੇ ਗੱਲਬਾਤ ਹੋਈ ਸੀ, ਔਰ ਜਦੋਂ ਅਸੀਂ ਉਹਨਾਂ ਦੀ ਕਲੀਨਿਕ ਜਾ ਕੇ ਆ ਗਏ ਹਾਂ, ਲੇਕਿਨ ਸਾਡੇ ਨਾਲ ਕਿਸੇ ਨੇ ਕੋਈ ਸੰਪਰਕ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਅਸੀਂ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਜਸਟਿਸ ਹੋਏਗੀ, ਉਮੀਦ ਹੈ ਕਿ ਇਸ ਬੱਚੀ ਨੂੰ ਇਨਸਾਫ ਮਿਲੇਗਾ। ਪਰ ਜਿਹੜੀਆਂ ਭੈਣਾਂ ਸਾਡੀਆਂ ਧੀਆਂ ਘਰ ਬੈਠੀਆਂ, ਉਹਨਾਂ ਨੂੰ ਅਸੀਂ ਕਹਿਣਾ ਚਾਹੁੰਦੇ, ਸਤਰਕ ਰਹੋ, ਅਸੀਂ ਤੁਹਾਡੇ ਨਾਲ ਹਾਂ, ਪਰ ਵਿਰੋਧ ਉਸੇ ਵਕਤ ਕਰੋ, ਉਸੇ ਵੇਲੇ ਕਰੋ ਜਦ ਕੋਈ ਤੁਹਾਡੇ ਨਾਲ ਬਦਤਮੀਜ਼ੀ ਕਰਨ ਦੀ ਕੋਸ਼ਿਸ਼ ਕਰਦਾ। ਬਣੇ ਰਹਿਣਾ ਵੀ ਉੱਤੀ ਨਵਾਂ ਚੈਨਲ, ਆਪਣੇ ਛੋਟੇ ਵੀ ਦਿਨੇਸ਼ੂਰੀ ਕੈਮਰਾ ਪਰਸਨ ਵਿੱਚ ਤੁਹਾਨੂੰ ਇਜਾਜ਼ਤ, ਬਹੁਤ ਜਲਦੀ ਫਿਰ ਤੁਹਾਨੂੰ ਹਾਜ਼ਰ ਹੋਵਾਂਗੇ। ਸਤਿ ਸ਼੍ਰੀ ਅਕਾਲ, ਰੱਬ ਰਾਖਾ।